यार अपने तो फोन नहीं है नवा, मैं फोन लैन की सोचता पाया पर इन्हें पैसे नहीं है। वो सच अपना तो कलाकार यार ही उतों पैसे मंगते हैं तो पूछ लें बी कि दफा आईफोन एप्पल समझी आ लैनी आईफोन। चलो फोन लाई जाना आ रहा ना बिच। हेलो भाजी। हाँ लखे भाजी मैं ना आईफोन लेना वा। बधाइयां जी। भाजी हले तो आईफोन लिता भी नहीं, तुसी तो पहले ही बधाइयां दई जाने हो। सियाना हो गया तू भी। अच्छा भाजी हुण जिद्दां मैं आईफोन लेना वा किन्ने तक दा मिलूगा? लख नहीं। इन्ना महंगा? हाँ भाजी मेरे को तो इन्ने है नहीं, तुसी एकदम ही लेदार दे दो ते मैं तुहानू भाजी वापस कर दूंगा। ए गल ठीक नहीं। क्यों नहीं गल ठीक भाजी, आईफोन तो मैनू चाहिए ही आ, नाल मैं व्लॉग बना के ना यूट्यूब ते पाया करूंगा। बड़ा समझाया तैनू समझ ना आया। पाजी मैं केड़ा तुहाडे तों हमेशा लई पैसे मांग रिहा वां, अगे मंगे कदे? जल्दी वापस कर दूंगा ना। ठीक आ दे दो फिर लाख रुपया। करदा मैं प्रधानमंत्री साहब नाल गल। पाजी आले मौके च भी मजाक करीदा, शुरू तो तू कीता। ओ पाजी तुसी बेचना हो, बहुत ज्यादा वड्डी गल हो रही आ। ओ की कहता ओए ओए पाजी तुसी पैसे देने या नहीं देने मैनू सीधे दसो, मैं ज्यादा नहीं सुननी। थोड़ी ना अपनी जुर्त घटा, पिंड वसिया नहीं मंगते पहले ही। भाई तुसी गुस्सा ना करो, मैं तो ए दे दसी मेरा वड्डा वीर मेनू पैसे दिंदा या नहीं दिंदा। ओ नंबर मैं देवा तेरी मिट्टी मिट्टी टॉप। ओ पाजी हुण इत्तों मिठिया ने बोले जाना मेरे तो। ओ यार कल ले ली पैसे सच्ची भाजी। मैं ये गल ना गुरुद्वारे वाल हाथ करके कह सकदा भाजी, झूठ तो नहीं बोलते किते। खुदा की कसम हम कभी झूठ नहीं बोलते। फिर वादा करो। तेरे नाल वादा है मेरे। चलो फिर मैं तानू कल कल करदा पैसियां लई। ठीक है। The next day यार अगला दिन तो चढ़ गया, चलो हुण भाई नूं फोन लाने पैसे लई। नाले ये ना सोचो कपड़े उही पाए हुए, अगले दिन चढ़ गया चढ़ गया तो चढ़ गया, हुण कॉल लैने। हेलो भाजी। क्या भाजी आपां कल गल कीती सी पैसे वास्ते ज्यादा? मैनू की पता भाई किन्ना मजाक करदे हो तुसीं। 200 फिर भाजी तुसीं दे रहे हो ना अज पैसे? आ गल ठीक नहीं भाजी, तुसीं मुकर रहे हो नाले मुकरी राणी हुंदा भाजी। साला ते साला कै भरा की हुंदा ओ? ओ साले ओ मुकर गए तुसीं, गल ना कड्ड। ਹੋਰ ਤੁਹਾਡੀ ਆਰਤੀ ਨਾਲ ਤਾਰੀਫ ਕਰਾਂ? ਉਹ ਦੇਖੋ ਮੈਨੂੰ ਗਲਤ ਨਾ ਸਮਝੋ ਜੀ। ਕਿਉਂ ਨਾ ਗਲਤ ਸਮਝਾਂ, ਆਪਣੀ ਵਾਰੀ ਜਵਾਨ ਦੇ ਵੀ ਹੁਣ ਮੁੱਕਰ ਗਏ ਆ, ਹੁਣ ਕਹਿੰਦੇ ਗਲਤ ਨਾ ਸਮਝੋ। ਮੈਂ ਦੇਖਣ ਨੂੰ ਹੀ ਭੋਲਾ ਲੱਗਦਾ ਜੀ। ਉਹ ਤਾਂ ਮੈਂ ਸ਼ੁਰੂ ਚ ਹੀ ਸੋਚ ਲਿਆ ਸੀ ਕਿ ਬੰਦਾ ਦੇਖਣ ਨੂੰ ਭੋਲਾ ਹੁੰਦਾ, ਪਰ ਹੈ ਨੀ, ਮੇਰੇ ਦਿਮਾਗ ਨੇ ਪਹਿਲੇ ਹੀ ਸੋਚ ਲਿਆ ਸੀ। ਉਹ ਸੋਚਣ ਚ ਹਰਜ ਵੀ ਕੀ ਆ ਜੀ, ਵੈਸੇ ਤੁਸੀਂ ਜਵਾਨ ਦਿੱਤੀ ਸੀ ਪੈਸੇ ਦੇਣ ਦੀ, ਖੜਾ ਖੜਾ ਹੀ ਬੱਸ ਹੋ ਗਈ ਮੇਰੀ, ਇੱਕਦਮ ਮੱਖੀਆਂ ਨੇ ਬੁਰਾ ਹਾਲ ਕੀਤਾ। ਫਿਰ ਗਲਤੀ ਹੋ ਗਈ ਹੋਣੀ ਹੈ ਜੀ। ਭਾਜੀ ਇੰਜ ਨਾ ਕਰੋ, ਮੇਰੀ ਬੇਇੱਜ਼ਤੀ ਹੋ ਜਾਣੀ ਆ। ਮੈਂ ਪਹਿਲੇ ਆਪਣੇ ਦੋਸਤਾਂ ਸਾਹਮਣੇ ਕਿਹਾ ਹੋਇਆ ਸੀ ਕਿ ਮੈਂ ਐਪਲ ਲੈ ਰਿਹਾ ਵਾਂ, ਹੁਣ ਮੇਰੀ ਤੁਸੀਂ ਲੱਸੀ ਕਰਾ ਦੂੰਗੇ। ਭਾਜੀ ਐਂ ਨਾ ਕਰੋ ਪਲੀਜ਼ ਭਾਜੀ। ਅੱਗੇ ਤੋਂ ਇਹੀ ਗੱਲ ਕੀਤੀ ਰਾਣੇ ਚ ਨਾ ਕੰਨ ਪੁੱਟ ਨਾ ਤੇਰਾ। ਚਲੋ ਭਾਜੀ ਮੈਂ ਤੁਹਾਨੂੰ ਸੱਚ ਦੱਸਦਾ, ਮੈਂ ਐਪਲ ਲੈ ਕੇ ਤੁਰਿਆ, ਮੈਂ ਐਪਲ ਲਊਂਗਾ, ਮੈਂ ਸ਼ੀਸ਼ੇ ਸਾਹਮਣੇ ਵੀਡੀਓ ਬਣਾਊਂਗਾ, ਲੋਕਾਂ ਨੂੰ ਦਿਖਾਊਂਗਾ ਮੇਰੇ ਕੋਲ ਵੀ ਐਪਲ ਆ, ਤਾਂ ਲੈ ਰਿਹਾ ਮੈਂ। ਵੱਡਾ ਫੁਕਰਾ? ਓ ਹੈਲੋ ਫੁਕਰਾ ਨਹੀਂ ਹੈਗਾ ਮੈਂ, ਬਸ ਭਾਜੀ ਮੈਂ ਨਾ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦਾ ਕਿ ਮੇਰੇ ਕੋਲ ਵੀ ਐਪਲ ਆ, ਕਿਉਂਕਿ ਇੱਦਾਂ ਦਾ ਫੋਨ ਦਾ ਕੋਈ ਗਾਂ ਹੀ ਨਹੀਂ ਆਉਂਦਾ। ਛੱਡ ਯਾਰ ਤੂੰ ਠੇਕਾ ਲੈ ਪੂਰੀ ਦੁਨੀਆ ਦਾ, ਤੂੰ ਆਪਣੀ ਜ਼ਿੰਦਗੀ ਜੀ। ਚਲੋ ਆ ਵੀ ਗੱਲ ਹੈਗੀ ਆ, ਮੈਂ ਲੈਣਾ ਹੀ ਨਹੀਂ ਐਪਲ। ਟੈਨਸ਼ਨ ਨਹੀਂ ਲੈਣੀ? ਟੈਨਸ਼ਨ ਜਮਾ ਹੀ ਨਹੀਂ। ਹੋਰ ਸੁਣਾ, ਆਈਫੋਨ ਤਾਂ ਰਹਿ ਹੀ ਗਿਆ, ਆਪਾਂ ਕਿਤੇ ਪਲਾਨ ਬਣਾਈਏ ਕਿਤੇ ਘੁੰਮਣ ਚੱਲੀਏ ਹਿਮਾਚਲ ਸ਼ਿਮਲਾ ਵਗੈਰਾ ਦਾ। ਫੈਮਿਲੀ ਵੀ ਇੰਪੋਰਟੈਂਟ ਹੁੰਦੀ ਵੀਰ, ਫੈਮਿਲੀ ਨੂੰ ਟਾਈਮ ਦੇਣਾ ਚਾਹੀਦਾ, ਸਿੱਖ ਲਾ ਮੇਰੇ ਤੋਂ। ਭਾਜੀ ਤੁਸੀਂ ਤਾਂ ਵਿਆਹੇ ਹੋਏ ਹੋ, ਮੈਂ ਤਾਂ ਛੜਾਂ ਹੱਲੇ, ਮੇਰੇ ਲਈ ਵੀ ਲੱਭ ਦਿਓ ਕੋਈ। ਲੱਭਦਾ ਲੱਭਦਾ ਦਿੱਲੀ ਮੈਂ। ਅੱਛਾ ਭਾਜੀ ਮੈਨੂੰ ਆ ਦੱਸੋ, ਵਿਆਹ ਕਰਾਉਣ ਤੋਂ ਬਾਅਦ ਬੰਦਰੀ ਲਾਈਫ ਕਿਹੋ ਜਿਹੀ ਹੋ ਜਾਂਦੀ ਆ? ਗੁਜ਼ਾਰਾ ਨਹੀਂ ਹੁੰਦਾ। ਅੱਛਾ ਇੱਦਾਂ ਵੀ ਹੁੰਦਾ ਵਾ? ਹਾਂਜੀ। ਅੱਛਾ ਤਾਂ ਤੁਸੀਂ ਮੈਨੂੰ ਪੈਸੇ ਨਹੀਂ ਦੇ ਪਾਏ? ਮੇਰੇ ਖਿਆਲ ਇਹੀ ਰੀਜ਼ਨ ਹੈ। ਪਰ ਤੁਸੀਂ ਤਾਂ ਵਾਅਦਾ ਕੀਤਾ ਸੀ ਨਾ। ਮੈਂ ਗਲਤ ਬੰਦਾ ਨਹੀਂ ਹਾਂ ਅੱਲਾ ਦੀ ਕਸਮ। ਚਲੋ ਮੰਨ ਲੈਂਦੇ ਹਾਂ ਭਾਜੀ ਤੁਹਾਡੀ, ਨਾਲੇ ਮੇਰੀ ਗੱਲ ਸੁਣੋ, ਆਪਣੀ ਫੈਮਿਲੀ ਲੈ ਕੇ ਮੇਰੇ ਘਰੇ ਆ ਜਾਓ ਦਿਨ ਰਾਤ, ਇੱਧਰ ਹੀ ਕਰਦੇ ਹਾਂ, ਚਿਕਨ ਬਣਿਆ ਵੈਸੇ। ਉਹ ਅੱਜ ਮੰਗਲਵਾਰ ਆ ਨਾ? ਉਹ ਆਹੋ ਸੱਚ, ਮੈਂ ਤਾਂ ਵੈਸੇ ਹੀ ਕਹਿ ਰਿਹਾ ਵਾਂ, ਸਾਡੇ ਕਿਹੜਾ ਕਿਹੜਾ ਚਿਕਨ ਬਣਿਆ ਵਾ, ਦਾਲ ਹੀ ਬਣੀ ਯਾਰ ਉਹੀ ਤਰ੍ਹਾਂ, ਮੈਂ ਤਾਂ ਵੈਸੇ ਹੀ ਕਹਿ ਰਿਹਾ ਵਾਂ ਵਿਆਹ ਬਣ ਜਾਂਦਾ। ਚਲੋ ਕੋਈ ਨਹੀਂ ਫਿਰ ਕਦੇ
ਭਾਜੀ ਇੱਕ ਮਿੰਟ ਰੁਕ ਜਾ, ਵਿੱਚ ਕਾਲ ਆ ਰਹੀ ਆ। ਮੈਂ ਪਿਛਲੇ ਕਾਫੀ ਦਿਨ ਤੋਂ ਨੋਟਿਸ ਕਰ ਰਿਹਾ ਤੁਸੀਂ ਫੋਨ ਤੇ ਬਹੁਤ ਬਿਜ਼ੀ ਰਹਿੰਦੇ। ਆ ਲਓ ਭਾਜੀ ਕੱਟਤੀ ਕਾਲ। ਉਹ ਵੈਸੇ ਕਈ ਲੋਕੀ ਫੋਨ ਕਰਦੇ ਹੁੰਦੇ ਆ, ਮੈਂ ਕਈਆਂ ਦੇ ਪੈਸੇ ਦੇਣੇ ਨਾ, ਉਹ ਰੋਜ਼ ਕਰ ਦਿੰਦੇ ਆ। ਮੈਂ ਐਡੀ ਕੱਟ ਦਿੰਦੀ, ਮੈਂ ਕਹਿੰਦਾ ਦੇ ਦਾਂਗਾ। ਕੱਲ ਵਿੱਚ ਲਾਰੇ ਲਾਈ ਦਿੰਦੇ ਹੁੰਦੇ ਆ, ਇੱਧਰ ਚੱਲਦਾ ਮੋਟਾ ਥੋੜ੍ਹਾ ਬਹੁਤ। ਹੈਂ ਉਹ ਤੇਰੀ ਆਪਣੀ ਪੋਲ ਤੇ ਮੈਂ ਆਪ ਹੀ ਖੋਲ ਬੈਠਾ। ਕੀ ਕਹਿੰਦੇ? ਇਹ ਤੋਂ ਪਹਿਲੇ ਮੈਨੂੰ ਗਾਲਾਂ ਕੱਢਣ ਮੈਂ ਫੋਨ ਹੀ ਕੱਟ ਦਿੰਦਾ। ਹਾਂਜੀ ਅੱਜ ਦੀ ਵੀਡੀਓ ਇੱਥੇ ਖਤਮ ਹੁੰਦੀ ਹੈ। ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ, ਲਾਈਕ ਸਬਸਕ੍ਰਾਈਬ ਜੋ ਕਰਿਓ। ਆਪਣੇ ਵੱਲੋਂ ਤਾਂ ਤੁਹਾਨੂੰ ਪੂਰੀ ਹਸਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਗੇ ਹੁਣ ਤੁਸੀਂ ਦੇਖੋ ਹੱਸਦੇ ਹੋ ਜਾਂ ਨਹੀਂ ਹੱਸਦੇ। ਜਾਂ ਸਬਸਕ੍ਰਾਈਬ ਕਰਦਾ ਕਰੋ, ਸਬਸਕ੍ਰਾਈਬ ਬਹੁਤ ਜ਼ਿਆਦਾ ਕਰਨੇ। ਤਾਂ ਅਗਲੇ ਵਾਰ ਟੋਪਿਕ 'ਤੇ ਦੇਖਦੇ ਹਾਂ ਕਿ ਅਗਲੀ ਵਾਰ ਕੀ ਲੈ ਕੇ ਆਉਂਦੇ। ਫਸਟ ਟਾਈਮ ਇੱਧਰ ਲੈ ਕੇ ਆਏ ਕੁਛ, ਅਤੇ ਆਈ ਹੋਪ ਕਿ ਤੁਸੀਂ ਇੰਜੋਏ ਕੀਤਾ ਹੋਣਾ। ਜਿੱਥੇ ਤੱਕ ਪਹੁੰਚੇ ਹੋ ਬਹੁਤ ਵਧੀਆ, ਧੰਨਵਾਦ ਜੀ ਤੁਹਾਡਾ। ਤੁਸੀਂ ਇੱਥੇ ਤੱਕ ਸਾਡੇ ਲਈ ਪਹੁੰਚੇ ਹੋ ਅਤੇ ਪਿਆਰਾ ਜਿਹਾ ਕਮੈਂਟ ਕਰ ਦਿਉ, ਸਬਸਕ੍ਰਾਈਬ ਕਰ ਦਿਉ। ਅਤੇ ਹੁਣ ਅਗਲੇ ਨਵੇਂ ਟੋਪਿਕ ਨਾਲ ਮਿਲਦੇ ਹਾਂ। ਅਤੇ ਤੁਹਾਡਾ ਇੱਦਾਂ ਹੀ ਪਿਆਰ ਚੱਲਦਾ ਰਹੇਗਾ ਕਿ ਤੁਸੀਂ ਵੀਡੀਓ ਪੂਰੀ ਦੇਖਦੇ ਹੋ। ਧੰਨਵਾਦ, ਅਤੇ ਇਹ ਦੱਸਦਾ ਕਰੋ ਕਿੱਥੋਂ ਦੇਖਦੇ ਹਾਂ। ਅਤੇ ਚਲੋ ਟੇਕ ਕੇਅਰ ਜੀ, ਲਵ ਯੂ ਸਾਰਿਆਂ ਨੂੰ, ਮੇਰੇ ਵੱਲੋਂ ਸਾਰਿਆਂ ਨੂੰ ਲਵ ਯੂ ਕੀ ਪਿਆਰ ਦੇ ਰਹੇ ਹੋ। ਅਤੇ ਚਲੋ ਹੁਣ ਕਰਦੀ ਹਾਂ ਲਵ ਯੂ।